ਸਤਿ ਸ਼੍ਰੀ ਅਕਾਲ ਨਮਸਤੇ ਕੀ ਹੋਰਾ ਮੈਂ ਹਰਪ੍ਰੀਤ ਕੌਰ ਰੇਡੀਓ ਸਾਡੇ ਵਾਲ ਤੋਂ ਤੇ ਅੱਜ ਉਹ ਘੜੀ ਉਹ ਪਲ ਜਿਹਦਾ ਸਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਇੰਤਜ਼ਾਰ ਸਾਡਾ ਖਤਮ ਹੋ ਗਿਆ ਹੈ ਕ੍ਰਾਈਸਟਚਰਚ 에ਅਰਪੋਰਟ ਤੇ ਕੌਣ ਪਹੁੰਚੇ ਨੇ ਖੁਦ ਬੱਬੂ ਮਾਨ ਜੀ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਅਸੀਂ ਦੇਖ ਸਕਦੇ ਹਾਂ ਇੱਥੇ ਕਾਫੀ ਇਕੱਠ ਵੀ ਇੱਥੇ ਇਕੱਠਾ ਹੋ ਚੁੱਕਿਆ ਸਾਰਿਆਂ ਦੇ ਵਿੱਚ ਬਹੁਤ ਹੀ ਐਕਸਾਈਟਮੈਂਟ ਹੈ ਜੋ ਉਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ ਬੱਬੂ ਮਾਨ ਜੀ ਖੁਦ ਤੇ ਪਹੁੰਚ ਚੁੱਕੇ ਨੇ ਕ੍ਰਾਈਸਟਚਰਚ ਦੇ ਵਿੱਚ ਤੇ ਜਾਣਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੁਇਕਲੀ ਕਿ ਕਿੱਦਾਂ ਦਾ ਉਹਨਾਂ ਦਾ ਸਫ਼ਰ ਰਿਹਾ ਕਿੱਦਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਕ੍ਰਾਈਸਟਚਰਚ ਵਿੱਚ ਆ ਕੇ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਬੱਬੂ ਮਾਨ ਜੀ ਸਤਿ ਸ਼੍ਰੀ ਅਕਾਲ ਤੇ ਕਿੱਦਾਂ ਤੁਹਾਡਾ ਸਫ਼ਰ ਸਹੀ ਰਿਹਾ ਆਲ ਗੁੱਡ ਰਿਹਾ ਚੰਗਾ ਠੀਕ ਹੈ ਜੀ ਤੇ ਤੁਸੀਂ ਐਕਸਾਈਟਿਡ ਹੋ ਸਾਨੂੰ ਸਾਰੇ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਦੇ ਲਈ ਜੀ ਅਸੀਂ ਤਾਂ ਸਦਾ ਹੀ ਰਹਿੰਦੇ ਜੀ ਖੁਸ਼ ਹੀ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਹੈ ਤਾਂ ਸਦਾ ਹੀ ਤਿਆਰ ਪਰ ਤਿਆਰ ਰਹਿੰਦੇ ਨੇ ਤੇ ਹੁਣ ਤੁਸੀਂ ਤਿਆਰੀ ਖਿੱਚ ਲਓ ਕਿਉਂਕਿ ਹੁਣ ਜ਼ਿਆਦਾ ਵਕਤ ਨਹੀਂ ਰਿਹਾ 2 ਦਿਨ ਰਹਿ ਗਏ ਨੇ ਜੇ ਤੁਸੀਂ ਟਿਕਟਾਂ ਨਹੀਂ ਲਈਆਂ ਤੇ ਐਸ ਸੂਨ ਐਸ ਪੋਸੀਬਲ ਤੁਸੀਂ ਆਪਣੀ ਟਿਕਟਸ ਜਿਹੜੀਆਂ ਨੇ ਉਹ ਬਾਏ ਕਰ ਲਓ ਕਿਉਂਕਿ ਇਹ ਉਹ ਸ਼ੋਅ ਨਹੀਂ ਜਿਹੜਾ ਤੁਹਾਨੂੰ ਮੌਕੇ ਤੇ ਡੋਰ ਸੇਲ ਹੋਣਾ ਹੈ ਇਹ ਤੁਹਾਨੂੰ ਅੱਜ ਕੱਲ ਦੇ ਵਿੱਚ ਜਲਦੀ ਤੋਂ ਜਲਦੀ ਟਿਕਟਸ ਲੈਣੀ ਪੈਣੀਆਂ ਨੇ ਤੇ ਅਸੀਂ ਸਾਰੇ ਮਿਲਦੇ ਹਾਂ ਫਿਰ ਸ਼ੁੱਕਰਵਾਰ ਸ਼ਾਮ ਨੂੰ ਹੁਣ ਮੈਨੂੰ ਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ